बिस्मिल्लाहिर्रहमानिर्रहीम। अस्सलामुअलैकुम भेरियो, तुसीं अपना सुरकियां चैनल दे, मैं तुहाडा मेज़बान निशान रामोबत। रोजाना दी नवीं तों नवीं ते अच्छी तों अच्छी वीडियो लैके हाज़र होवी ते उम्मीद करना इंशाअल्लाह भरावां नूं वीडियो पसंद आउंदी है। वीडियो नूं लाइक भी कर दिओ, वीडियो शेयर भी कर दिओ। सब तों पहलां अपने चैनल नूं करना सबसक्राइब ते बैल आइकन दा बटन जिहड़ा है जरूर दबा लेना, ताकि साडी आवण वाली नवीं तों नवीं वीडियो जिहड़ी है भरावां तक आसानी पहुंच सके। वीडियो जिहड़ी बनाउण लगे वीडियो इस तरह है, पर गुजर दी वीडियो बस सिलसिलावारी वीडियो तुसीं वेखदे पए। बाकी वीडियो दा एड्रैस है जे कि जिला जिहड़ा जी गुजरात है, तहसील भी गुजरात है, पिंड जिहड़ा जी इन्हां दा डोगा लोकेशन। अगे भी वीडियो जे दसी दी है, किसे भी भरा आउणा होवे गुजरात तों जिहड़ा रोड निकलदा ना भिंबर रोड, उस रोड दे उत्ते आउणा ते अगे स्टॉप आउंदा दौलता नगर। दौलता नगर दे नाल जिहड़ा ना 1 किलोमीटर तों बाद इन्हां दा पिंड है, इह इन्हां दी लोकेशन है। बाकी नंबर स्क्रीन ते लग जाणा, किसे भी भरा दूरों आउणा होवे लोकेशन जिहड़ी है ना उह फरा कोलों व्हाट्सएप ते मंगा लैणी है। वारा जुमेरात ते तारीख भी बणदी है 29 महीना 12वां ते 2022। बाकी जिहड़ी गल्लबात है डंगरां दी, उह सारी असीं परां ना करां ते मझां अज वी जिहड़ा ना वीडियो दे विच लगणियां ने 6 ते इंशाल्लाह उम्मीद करांगा कि हमेशा दी वीडियो दी तरह जिहड़ा ना अज वाली वीडियो जे माल ते मुल उह इंशाल्लाह परां दा भरावां नूं पसंद आवेगा। बाकी माल पसंद आवे नंबर स्क्रीन ते ला जाणा है, राबता करके अपना सौदा जिहड़ा जी पैन कर लैणा ते पहला तां फिर वीडियो करनी है जी शुरू। आओ जी गुज्जर साहब, पहली वीडियो जिस दिहाड़े आखरी बने दी ना उस दिहाड़े भी ओही होवे कि मुल अपना पक्का पिटा रखना है। अल्लाह पाक करे मेरी जान है, वार ते वार लाई दियां ने जी बिल्कुल ठीक है जी, वीडियो जी वार ते वार लाई दी है ते माशाल्लाह अल्लाह दा लाख लाख शुक्र है, मुल घुट के लाई दे ने ते मजा वेख जांदी है। देखो जी अल्लाह पाक दा करम है, अल्लाह पाक दा भावां दे तावन दा जी, साडी कोई बहादुरी नहीं जी बिल्कुल। असीं तां लाम ने रोजी लानी है, ਕਿਸੇ ਜੀ 5000 ਲੱਭ ਕਿਸੇ ਜੀ 10 ਲੱਭ ਕੀ ਜਿੰਦਾਬਾਦ ਜੀ ਠੀਕ ਹੈ ਦੇਸੜੀ ਵੈਰੀ ਗੁੱਡ। ਫਿਰ ਆਉਂਦੇ ਵਾਰ ਇਸ ਕੱਲੇ ਮੁੱਲ ਘੁੱਟ ਕੇ ਲਾਈਦੇ ਨੇ, ਲੰਮੇ ਚੋੜੇ ਮੁੱਲ ਨਹੀਂ ਕਦੇ ਕੀਤੇ ਜੀ ਬਿਲਕੁਲ। ਭਰਾ ਦੇ ਨੇ ਲੰਮੇ ਚੋੜੇ, ਲੰਮੇ ਚੋੜਾ ਮੁੱਲ ਕਦੇ ਨਹੀਂ ਕੀਤਾ। ਗੱਲ ਇਹ ਮੁੱਲ ਇਸ ਕੱਲੇ ਘੁੱਟ ਕੇ ਕਰੀਦਾ ਕਿ ਅਗਲਾ ਭਰਾ ਲੈ ਜੇ ਜੀ ਬਿਲਕੁਲ। ਅਗਲੇ ਜਿਮੇਰਾਤ ਫਿਰ ਹੋਰ ਲਿਆਉਣੀਆਂ ਨੇ, ਅਗਲੇ ਜਿਮੇਰਾਤ ਜਿਮੇਰਾਤ ਮਜਾ ਲੱਗਦੀਆਂ 6 ਜੀ ਬਿਲਕੁਲ। ਪਤਾ ਕੀ ਗੱਲ ਹੈ, ਮੈਂ ਤੁਹਾਨੂੰ ਦੱਸਣਾ ਮੈਂ ਕਿਉਂ ਕਹਿੰਦਾ ਮੁੱਲ ਘੁੱਟ ਕੇ, ਇਸ ਵਾਸਤੇ ਕਿ ਜਿੱਥੇ ਵੀ ਕੋਈ ਭਰਾ ਬਹਿ ਕੇ ਵੀਡੀਓ ਵੇਖੇ ਨਾ ਉਹਦੇ ਜ਼ਿਹਨ 'ਚ ਆਵੇ ਡੰਗਰ ਵੀ ਤੇ ਮੁੱਲ ਵੀ ਇਨਸ਼ਾਅੱਲਾ। ਲੋ ਜੀ ਗੁਜਰ ਸਾਹਿਬ ਇੱਕ ਵਾਰੀ ਸਲਾਮ ਦੁਆ ਕਰਨਾ ਭਰਾਵਾਂ ਨੂੰ ਤੇ ਫਿਰ ਵੀਡੀਓ ਸ਼ੁਰੂ ਕਰਨੀ ਜੀ। ਸਾਰਿਆਂ ਭਰਾਵਾਂ ਨੂੰ ਸਾਡਾ ਸਲਾਮ ਹੈ ਜੀ। ਭਾਈ ਪਿਛਲੀ ਵੀਡੀਓ 'ਚ ਮੈਂ ਖੜੀ ਹੈ ਗੱਬਣ ਰਾਣਾ ਸਾਹਿਬ ਨੇ, ਰਾਣਾ ਜਾਜ ਸਾਹਿਬ ਗੁਜਰਾਲੇ, ਇਹ ਪਿਛਲੀ ਵੀਡੀਓ 'ਚ ਜਿਹੜੀ ਗੱਬਣ ਮਾਜ ਜੀ ਵੱਡੀ ਮਾਜ ਜੀ ਬਿਲਕੁਲ, ਉਹਨਾਂ ਸਲਾਮ ਦਿੱਤਾ ਤੁਹਾਨੂੰ ਵੀ, ਭਾਈ ਬਲਾਲ ਨੂੰ ਵੀ, ਸਾਡੀ ਪੂਰੀ ਟੀਮ ਨੂੰ ਵੀ ਠੀਕ ਹੈ। ਉਹਨਾਂ ਕਹਾ ਪਹਿਲੀ ਵੀਡੀਓ ਜਿਹੜੀ ਨਾ ਪਹਿਲੀ ਮਾਜ ਲਾ ਲਏ, ਉਹਨਾਂ ਅਸੀਂ ਚੈਨਲਾਂ ਤੋਂ ਕਿੰਨੀਆਂ ਮਜਾ ਲਈਆਂ ਨੇ ਠੀਕ ਹੈ, ਤੁਹਾਡੇ ਚੈਨਲ ਤੋਂ ਪਹਿਲੀ ਲਾ ਲਵਾਂਗੇ ਜੀ। ਮੈਂ ਹਾਂ ਲਾ ਜੋ ਇਨਸ਼ਾਅੱਲਾ ਸਵਾਦ ਦੇ ਦੀ ਅੱਗੂ ਵੀ ਆਵੋ ਅੱਗੂ ਕਰੇ ਚੱਲੇ ਨਹੀਂ ਇਨਸ਼ਾਅੱਲਾ, ਅੱਲਾ ਦੇ ਹੁਕਮ, ਅੱਲਾ ਦੇ ਹੁਕਮ ਨਾਲ ਲੱਖ ਰੋਜ਼ੀ ਨਹੀਂ ਲਈ ਉਹਨਾਂ ਕੋਲ ਠੀਕ ਹੈ। ਉਹਨਾਂ ਕਹਾ ਅਸੀਂ ਆ ਹੀ ਦੇਣਾ, ਮੈਂ ਹਾਂ ਤੁਹਾਡੀ ਹੋਈ ਵੈਰੀ ਗੁੱਡ। ਅੱਲਾ ਕਹਾ ਜਿੰਨੇ ਵੀ ਉਹਨਾਂ ਮਾਈ ਦਿੱਤੀ ਉਹਦੇ ਨਾਲ 50000 ਰੁਪਇਆ ਬਾਅਦ ਜਿਹਨਾਂ ਗੱਡੀ 'ਚ ਪਾਉਂਦਾ ਪਿਆ ਬੰਦੇ ਆ ਗਏ ਫੱਤੇ ਨੂਰ ਜਮਾਲ ਦੇ ਠੀਕ ਹੈ। ਉਹਨਾਂ ਆਖਿਆ ਗੱਲ ਕਰ, ਮੈਂ ਦੇ ਸੜੀ ਹੈ ਕਿਉਂਕਿ ਜਦੋਂ ਜ਼ੁਬਾਨ ਹੋ ਗਈ ਹੈ ਜ਼ੁਬਾਨ ਹੋ ਗਈ। ਉਹਨਾਂ ਆਖਿਆ ਮੈਂ ਜੁਮੇ ਤੋਂ ਬਾਅਦ ਪੈਸੇ ਪਾ ਦੇਣਾ, ਜੁਮੇ ਤੋਂ ਬਾਅਦ ਭਾਈ ਨੇ ਪੈਸੇ ਪਾਣੇ, ਮੈਂ ਗੱਡੀ 'ਚ ਮਾਈ ਪਾ ਦੇ। ਲੋ ਜੀ ਰਾਣਾ ਸਾਹਿਬ ਤੁਹਾਡਾ ਸਲਾਮ ਵੀ ਪੁੱਜ ਗਿਆ ਤੇ ਚਾਹਤ ਤੇ ਮੁਹੱਬਤ ਦਾ ਸ਼ੁਕਰੀਆ ਤੇ ਇਨਸ਼ਾਅੱਲਾ ਮੈਂ ਅੱਗੇ ਵੀ ਕਹਿਣਾ ਕਿ ਅੱਗੂ ਵੀ ਕਹਾਂਗੇ ਕਿ ਆਪਣਾ ਸੁਰਕੀਆਂ ਚੈਨਲ ਜਿਹੜਾ ਨਾ ਨਾ ਇਤਮਾਦ ਦਾ, ਆਪਣੀ ਜਿਹੜੀ ਟੀਮ ਹੈ ਇਹ ਨਾ ਇਤਮਾਦ ਅਲਹਮਦੁਲਿਲਾ ਜਿਹੜੀ ਗੱਲ ਹੋਵੇਗੀ ਨਾ ਉਹ ਪੱਕੀ ਤੇ ਪੀੜੀ ਪੀੜੀ ਗੱਲ ਹੋਵੇ। ਮੇਰੀ ਗੱਲ ਪੱਕੀ ਸਹੀ ਜਿਹੜੀ ਗੱਲ ਹੋਵੇ ਜਨਮਨ ਉਹ ਦੱਸੀ ਜਾਏਗੀ ਠੀਕ ਹੈ। ਕੋਈ ਵੀ ਭਰਾ ਘਰ ਖੜ ਕੇ ਤੂੰ ਆਖਿਆ ਵੀ ਫਰਹ ਨੇ ਜਾਂ ਸਾਡੇ ਵਿੱਚੋਂ ਕੋਈ ਬੰਦਾ ਸਾਡਾ ਫੋਨ ਨਹੀਂ ਚੁੱਕਦਾ ਜੀ ਮਾਈ ਖੜੀ ਹੈ, ਅਸੀਂ ਸ਼ੁਕਰ ਦਾ ਕੰਮ ਪੜਨੇ ਤੂੰ ਬੰਦਾ ਆ ਕੇ ਲਾ ਜੇ ਉਹਦੇ ਨਾਲ ਤੇ ਹੀ ਸੀ ਕੋਈ ਆ ਕੇ ਚੋਕ ਨਾਲੇ ਸਾਡੀ ਖਿਦਮਤ ਦਾ ਮੌਕਾ ਦਿੰਦਾ ਨਾਲੇ ਆਪਣੀ ਖੋਟੀ ਖੋਟੀ ਕਰ ਲੈਂਦਾ ਜੀ ਬਿਲਕੁਲ। ਸਾਡਾ ਹੱਕ ਬਣਦਾ ਆਪਣੇ ਪੈਸੇ ਖਰੇ ਖੋਟੇ ਕਰਨਾ ਜੀ ਬਿਲਕੁਲ, ਉਹਦਾ ਹੱਕ ਬਣਦਾ ਆਪਣੀ ਚੀਜ਼ ਖਰੀ ਖੋਟੀ ਕਰਨਾ ਫਿਰ ਲੈ ਕੇ ਜਾਏ ਜੀ ਲੈ ਕੇ ਜਾਣਾ, ਉਹਦਾ ਹੱਕ ਬਣਦਾ ਕਿ ਕੋਈ ਭਰਾ ਬਾਹਰ ਹੈ ਬੇਸ਼ੱਕ ਕਿਸੇ ਚਾਚੇ ਬਾਬੇ ਕਿਸੇ ਨੂੰ ਤੋਰੇ ਜੀ ਬਿਲਕੁਲ। ਭਾਈ ਸਿਆਲਕੋਟ ਮਾਈ ਖੜੀ ਪਿਛਲੀ ਵੀਡੀਓ 'ਚ ਠੀਕ ਹੈ, ਉਹਨੇ ਸੌਦਾ ਕਰ ਲਿਆ, ਮੈਂ ਆਖਿਆ ਕੱਲ ਮੇਰਾ ਭਾਈ ਆਵੇਗਾ, ਪਹਿਲਾਂ ਮੈਂ ਆਖਿਆ ਤੋਰ ਸੜੋ ਠੀਕ ਹੈ, ਫਿਰ ਉਹਨੇ ਆਖਿਆ ਨਹੀਂ ਯਾਰ ਕੱਲ ਆਵੇਗਾ ਚੋਲੇ ਦਾ, ਮੈਂ ਆਖਿਆ ਬਿਸਮਿਲਲਾ ਕਰਕੇ ਆਵੇ ਚੋਕ ਲੈ ਕੇ ਜੋ ਕਿਸਮਤ ਹੋ ਸਕਦੀ ਸੀ ਉਹਨਾਂ ਦੀ ਕੀਤੀ ਹੈ ਜੀ ਬਿਲਕੁਲ, ਮਾਜਾ ਨਾਲ ਚਵਾਈ ਉਹਨਾਂ ਨੂੰ ਵੈਰੀ ਗੁੱਡ ਜੀ ਲੈ ਕੇ ਟੁਰ ਗਏ ਨੇ ਨਾ, ਅੱਲਾ ਪਾਕ ਉਹਨਾਂ ਦੇ ਨਸੀਬ ਕਰੇ। ਲੋ ਜੀ ਗੁੱਜੇ ਸਾਹਿਬ ਨੰਬਰ ਇੱਕ ਤੇ ਹੀ ਲਾਣੀ ਜੇ ਨਾ ਖੋਲੋ ਜੇ ਮਾਜ ਇੱਕ ਵਾਰ ਜਿਹੜਾ ਨਾ ਬਲਾਲ ਤਸੱਲੀਆਂ ਕਰਾਏ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਜਿਹੜਾ ਸਾਰੀ ਫਰਕ ਕੋਲੋਂ ਪੁੱਛਦੇ ਰਵਾਂਗੇ ਨਾਲ ਨਾਲ ਜਿਹੜਾ ਨਾ
ਨਾਲ ਨਾਲ ਜਿਹੜਾ ਨਾ ਮੱਝਾਂ ਉਹ ਇਨਸ਼ਾਅੱਲਾ ਭਰਾਵਾਂ ਨੂੰ ਤਕਾਉਂਦੇ ਰਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਮੱਝਾਂ ਲੱਗਣੀਆਂ ਨੇ 6 ਲੋ ਜੀ ਨੰਬਰ 1 ਆ ਗਈ ਜੀ ਮਾਈ ਜਿਹੜੀ ਇਹਨਾਂ ਭਰਾਵਾਂ ਦੇ ਸਾਹਮਣੇ ਅੱਖਾਂ ਚੈੱਕ ਕਰਨੀਆਂ ਨੇ ਮਾਈ ਦੀਆਂ ਦੋਵੇਂ ਇੱਕੋ ਜਿਹੀਆਂ ਮੇਰੀ ਜਾਨ ਮੱਝੀਆਂ ਅੱਖਾਂ ਚੈੱਕ ਕਰਨੀਆਂ ਨੇ ਇੱਕ ਗੱਲ ਆ ਜੋਰੇ ਜੀ ਬਿਲਕੁਲ ਜਿਹੜੀ ਵੀ ਮੱਝ ਕੋਈ ਭਰਾ ਲੇ ਠੀਕ ਹੈ ਜਿਹੜੀ ਵੀ ਮੱਝ ਦੁੱਧ ਜਿਹੜਾ ਦਸਾਂ ਦਾ ਤੂੰ ਘੱਟ ਕੱਢਾ ਮੁੱਲ ਅਗਲੇ ਦੀ ਮਰਜ਼ੀ ਵੈਰੀ ਗੁੱਡ ਜੀ ਜਿਹੜੀ ਮੱਝ ਵੀ ਲੇ ਇੱਕ ਨਹੀਂ ਇੱਕ ਨਹੀਂ 6 ਜਾਂ 6 ਦਾ ਐਲਾਨ ਦਸਾਂ ਘੱਟ ਨਿਕਲਿਆ ਮੁੱਲ ਅਗਲੇ ਦੀ ਮਰਜ਼ੀ ਦਾ 1 ਰੁਪਿਆ ਵੀ ਨਹੀਂ ਮੰਗਣਾ ਵੈਰੀ ਗੁੱਡ ਜੀ ਦੁੱਧ ਜਿਹੜਾ ਦਸਣਾ 24 ਘੰਟਿਆਂ ਦਾ ਜਿਸ ਭਰਾ ਦਾ ਦਿਲ ਕਰਦਾ ਆ ਕੇ ਆਪਣਾ ਚੋ ਕੇ ਪੂਰਾ ਕਰੇ ਦੁੱਧ ਪੂਰਾ ਹੋਵੇ ਤੇ ਫਰਾ ਦਾ ਲਾਣ ਜੀ ਇਹ ਮੁੱਲ ਮੇਰੀ ਮਰਜ਼ੀ ਦਾ ਤੇ ਜੇ ਦੁੱਧ ਘੱਟ ਹੋਵੇ ਤੇ ਮੁੱਲ ਜਿੱਥੋਂ ਵੀ ਕੋ ਭਰਾ ਆਇਆ ਹੋਵੇ ਉਹਦੀ ਮਰਜ਼ੀ ਦਾ ਹੋਵੇ ਜੋ ਦੇਦਾ ਉਹ ਲੈਣ ਜੀ ਬਿਲਕੁਲ ਮੰਗਣ ਨਹੀਂ ਲਗਾ ਮੈਂ ਇਹ ਫਰਾ ਸਾਹਿਬ ਨੰਬਰ 1 ਦੀ ਗੱਲ ਸੁਣਾਓ ਜੇ ਸੁਬਾ ਕੇ ਲਿਆ ਸੋ ਭਾਈ ਤੀਸਰਾ ਸਵਾਸ ਹੋਈ ਹੈ ਠੀਕ ਹੈ ਕੋਈ ਨਹੀਂ ਆਹਣਾ ਕਿ ਦੂਸਰਾ ਸੋਈ ਹੈ ਵੈਰੀ ਗੁੱਡ ਜੀ ਤੀਸਰਾ ਸਵਾਸ ਹੋਈ ਹੈ 2 ਮਹੀਨਿਆਂ ਦੀ ਮਾਈ ਸੋਈ ਇਹ 2 ਮਹੀਨਿਆਂ ਦੀ 2 ਮਹੀਨਿਆਂ ਦੀ ਮਗਰ ਮਾਈ ਦਾ ਕੱਟਾ ਜਿਸ ਤਰ੍ਹਾਂ ਦਾ ਮਾਈ ਦਾ ਥਣ ਲਪਾ ਦੇ ਦੁੱਧ ਆਖੀਆਂ ਨਾ ਚੋਖਾ ਠੀਕ ਹੈ ਉਹ ਵੀ ਪਚਾ ਜਾਂਦੀ ਹੈ ਠੀਕ ਹੈ ਗੱਲ ਉਹ ਕਰਨੀ ਹੈ ਅੱਜ ਮੇਰਾ ਭਾਈ ਸਾਹਮਣੇ ਝੰਡਿਆ ਦਾ ਹਲਕੀ ਮਿਟਲੀ ਜੀ ਬਿਲਕੁਲ ਉਹਨੇ ਆਖਾ ਫਰਹ ਗੱਲ ਤੁਸੀਂ ਸੋਣੀ ਕਰਦੇ ਹੋ ਗੱਲ ਉਹ ਹੀ ਹੋਣੀ ਚਾਹੀਦੀ ਜਿਹੜੀ ਪਾਇਦਾਰ ਹੋਵੇ ਵੈਰੀ ਗੁੱਡ ਜੀ ਬਿਸਮਿਲਲਾ ਆਇਆ ਇਟਲੀ ਹੁਣ ਮਿਲ ਕੇ ਗਿਆ ਠੀਕ ਹੋ ਗਿਆ ਸਪੈਸ਼ਲ ਮਿਲਣ ਆਇਆ ਇਹ 2 ਮਜਾ ਨੇ ਕਈਆਂ ਨੇ ਉਹਨੇ ਆਖਾ ਸਾਬੜਾ ਲਾਇਆ ਨਾ ਆਖਾ ਫਰਹ ਗੱਲ ਸੋਣੀ ਕੀਤੀ ਆ ਵੀਡੀਓ ਜਿਹੜੀ ਗੱਲ ਕੀਤੀ ਉਹ ਪੂਰੀ ਹੈ ਪੂਰੀ ਹੈ ਫਰਹ ਕਿੰਨਾ ਕੋ ਦੁੱਧ ਆਸਾ ਮਾਈ ਕੋ ਅਸ ਤਾਂ ਭਾਈ ਮਾਈ ਕੋ ਦੁੱਧ ਹੋਣਾ ਸਾਰੀ ਕੋਲ 13 ਸੇ ਸਾਰੀ ਕੋਲੇ ਸਾਰੀ ਕੋਲੇ ਦੋਵਾਂ ਟਾਈਮਾਂ ਦੋ ਮਾਟਾ ਠੀਕ ਹੋ ਗਿਆ ਜੀ ਬੱਚਾ ਮਗਰ ਕੱਟਾ ਦੱਸਿਆ ਜੀ ਕੱਟਾ ਮਗਰ ਇਹਦੇ ਕੱਟਾ ਬਿਸਮਿਲਲਾ ਪੜੋ ਜੇ ਕਿਸੇ ਭਰਾ ਨੂੰ ਪਸੰਦ ਆ ਜਿਹੜੀ ਭਾਈ ਘਰ ਦੀ ਤਸੱਲੀ ਦੇਣੀ ਹੈ ਭਰਾਵਾਂ ਨੂੰ 12 ਸੇ ਵੀ ਦੇਣੀ ਹੈ ਵੈਰੀ ਗੁੱਡ ਖੁਦ ਮੇਰੀ ਮਾਂ ਜਲਾ ਦਾ ਕੰਨਾ 14 15 ਸੇ ਕਰਾ ਲਈ ਲੇਕਿਨ ਮੈਂ ਕੋ ਮਜਾ ਤੁਹਾਨੂੰ ਪਾਪੂ ਜਾਮੀ ਫੋਨ ਕੀਤਾ ਕਿ ਪਾਪੂ ਜਾਮੀ ਆਈ ਹੈ ਜੀ ਬਿਲਕੁਲ ਤਿੰਨ ਜਵਾਈਆਂ ਮੈਂ ਕੀਤੀਆਂ ਨੇ ਚੌਥੀ ਹੋਣ ਕਰ ਠੀਕ ਹੋ ਗਿਆ ਜਿਹੜਾ ਕਿਉਂ ਜਵਾਈਆਂ ਕੀਤੀਆਂ ਤੋਂ ਉਹ ਦੱਸਣੇ ਪਿਆ ਵੈਰੀ ਗੁੱਡ ਜੀ ਉਹ ਦੱਸ ਰਿਹਾ ਨਾ ਜੀ ਉਹ ਦੱਸ ਤੁਸੀਂ ਬਿਸਮਿਲਲਾ ਪੜੋ ਜੀ ਕਿੰਨੇ ਦੀ ਮਾਈ ਦੇ ਸਣਨੀ ਭਾਈ ਕੋਈ ਲੰਮਾ ਚੋੜਾ ਮੁੱਲ ਨਹੀਂ ਅੱਜ ਮੇਰਾ ਮੁੱਲ ਵੀ ਵੇਖਣੇ ਨੇ ਭਰਾਵਾਂ ਨੇ ਜਿਹੜਾ ਮੇਰਾ ਭਰਾ ਨੂੰ ਪਸੰਦ ਆਈ ਨਾ 2,45,000 ਦੀ ਮਾਈ ਦੇਣੀ ਜਾ ਰਾਜ਼ੀਆਂ ਤੇਰੇ ਤੇ ਮਾਈ ਵੇਖ ਲੈਣੀ ਹੈ ਤਾਂ ਮੁੱਲ ਵੀ ਵੇਖ ਲੈਣਾ 2,40,000 ਤੇ 5,45,000 ਨੰਬਰ ਜਿਹੜੀ ਹੈ ਜੀ ਇੱਕ ਪਿਆਰ ਮੁਹੱਬਤ ਜਿਹੜਾ ਨਾ ਜੀ ਇਹ ਜ਼ਰੂਰ ਹੋਵੇਗਾ ਅੱਜ ਦੀ ਕਦਰ ਜਿਹੜੀ ਹੈ ਨਾ ਇਹ ਜ਼ਰੂਰ ਹੋਵੇਗੀ ਲੋ ਜੀ ਅੱਗੇ ਆ ਕੇ ਜੀ ਨੰਬਰ ਜਿਹੜੀ ਹੈ ਨਾ 2 ਫਰਹ ਸੁਬਾ ਕੇ ਲਿਆ ਮਾਈ ਲੈ ਭਾਈ ਦੂਸਰਾ ਸੁਬਾ ਸੁਈ ਹੈ ਝੋਟੀ ਇਹ ਦੂਜਣ ਹੈ ਜੀ ਦੂਜਣ ਹੈ ਠੀਕ ਹੋ ਗਿਆ ਜੀ ਲਾ ਮਾ ਜੀ ਝੋਟੀ ਦੀ ਵੇਖਣੀ ਹੈ ਕਿੱਡੀ ਹੈ ਮਾਸ਼ਾਅੱਲਾ ਜੀ ਬਿਲਕੁਲ ਬਾਅਦ ਥੋੜਾ ਜਿਹਾ ਪੀਤਾ ਰੱਖ ਦੀਏ ਬਾਕੀ ਝੋਟੀ ਭਰੀ ਵੱਖਰੀ ਜੀ ਠੀਕ ਹੋ ਗਿਆ ਬੱਚਾ ਕਿਸ ਮਗਰ ਇਹਦਾ ਮਾਰ ਕੱਟੀ ਜੇ ਮਗਰ ਇਹਦੇ ਕੱਟੀ ਮਾਸ਼ਾਅੱਲਾ 2 ਹੋ ਗਈਆਂ ਨਾ ਜੀ ਕੱਟੀ ਇਹਦਾ ਮਗਰ ਇਹ ਕਿੰਨੇ ਕੁ ਦਿਨ ਹੋ ਗਏ ਨੇ ਫਰਸ ਹੋਏ ਆ ਇਹਨੂੰ ਭਾਈ ਸੁਈ ਨੂੰ ਆਈ ਪੂਰਾ 1 ਮਹੀਨਾ ਤੇ 5 ਦਿਨ ਹੋ ਗਏ ਕੋਈ ਚਵਲ ਨਹੀਂ ਬਣਾ ਇਹ ਦੋਸ਼ੋ ਤੇ ਦੁੱਧ ਤੇ ਲੱਗ ਗਈ ਹੈ ਨਾ ਠੀਕ ਹੋ ਗਿਆ 1 ਮਹੀਨਾ ਤੇ 5 ਦਿਨ ਹੋ ਗਏ ਨੇ ਸੁਣੇ ਆ ਬੱਚਾ ਮਗਰ ਇਹਦੇ ਕੱਟੀ ਇਹ ਸੁਆ ਲਿਆ ਸੋ ਦੂਸਰਾ ਕੱਟੀ ਵੱਖਰੀ ਜੀ ਹੋਵੇ ਨਹੀਂ ਭਾਈ ਅੱਲਾ ਭਾ ਜ਼ਿੰਦਗੀ ਦੇ ਸੋ ਚਲੋ ਭਰਾਵਾਂ ਨੇ ਬਲਾਲ ਵਹਾ ਲੈਂਦਾ ਕੱਟੀ ਜਿਹੜਾ ਨਾ ਵਹਾ ਲੈਂਦਾ ਬਲਾਲ ਜਿਹੜਾ ਨਾ ਨਾਲ ਹੀ ਇਹ ਕਿੰਨਾ ਕੁ ਦੁੱਧ ਹੈ ਅਸਾਂ ਫਰਾ ਹੋਇਆ ਝੋਟੀ ਕੋਲੇ ਆਏ ਭਾਈ ਝੋਟੀ ਕੋਲ ਦੁੱਧ ਦਾ 16 ਸਿਰ ਠੀਕ ਹੈ 15 ਸਿਰ ਦੀ ਤਸੱਲੀ ਦੇਣੀ ਹੈ ਭਰਾਵਾਂ ਨੂੰ ਠੀਕ ਹੈ ਜਿਹੜਾ ਮੇਰਾ ਭਰਾ ਦਾ ਦਿਲ ਕਰੇ ਆ ਕੇ ਚੋਵੇ ਵੈਰੀ ਗੁੱਡ ਜੀ ਘਰ ਖੜ ਕੇ 7 ਕਿਲੋ ਦੁੱਧ ਨਾ ਕੱਢੇ 8 ਦਿਨਾਂ ਬਾਅਦ ਮੱਝ ਮੇਰੀ ਵੈਰੀ ਗੁੱਡ ਜੀ ਇੱਕ ਟਾਈਮ ਦਾ 7 ਕਿਲੋ ਦੁੱਧ ਇੱਕ ਟਾਈਮ ਦਾ ਸਾਰੀ ਮੱਝ ਚੋਵੇ ਜੀ ਬਿਲਕੁਲ ਨਾ ਕੱਟੇ ਮਾਰੀ ਵਾਪਸ ਪਿਛਲੇ ਵਾਰ ਮੱਝ ਹੀ ਚੋਈ ਠੀਕ ਹੈ ਠੀਕ ਹੈ ਠੀਕ ਹੈ ਤੇ ਕਾ ਨਾ ਵਾਲੀ ਮੱਝ ਦੋ ਮੱਝਾਂ ਭਰਾ ਨੇ ਲੈ ਲਈਆਂ ਆਈਆਂ ਲੇਕਿਨ ਉਹ ਕੋਲ ਸਰਕਾਰ ਦੀ ਆਈ ਜਾਂਦੀ ਮੇਰੇ ਇਹਦੀ ਪਾਸਾ ਕੋਣ ਦੇ ਵਿੱਚ ਇਹ ਕੋਲੇ ਤੁਹਾਡੇ ਕੋਲੇ ਦੇ ਅੱਗੋਂ ਨੇ ਆਖਿਆ ਕੋ ਦਾ ਜੋ ਵੀ ਆਪਣਾ ਮਸਲਾ ਦਾ ਚਲੋ ਜਿੱਦੇ ਵੀ ਨਸੀਬਾਂ ਚ ਉਹਨੇ ਲੈ ਲੈਣੀ ਹੈ ਕਿਸੇ ਭਰਾ ਨੂੰ ਪਸੰਦ ਆਵੇ ਝੋਟੀ ਕਿੰਨੇ ਦੀ ਦੇ ਸਕਣੀ ਭਾਈ ਕੋਈ ਲੰਮਾ ਚੜਾ ਮੁੱਲ ਨਹੀਂ ਜੀ ਜਿਹੜਾ ਮੇਰੇ ਭਰਾ ਨੂੰ ਪਸੰਦ ਆਵੇ 85,000 ਦੀ ਝੋਟੀ ਦੇਣੀ 2,85,000 ਇਹ 2,85,000 ਮੈਂ ਕਿਹਾ ਰਿਹਾਰੀ ਹਾਲੀ 85 ਦੇਣੀ ਹੈ 2,85,000 ਲਿਆਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ 3 ਇਹ ਲੈਣੀ ਹੈ ਨਾ ਇਹ ਲਓ ਜੀ ਅੱਗੇ ਆ ਗਏ ਜੀ ਨੰਬਰ ਜਿਹੜੀ ਹੈ 3 ਨੰਬਰ 2 ਝੋਟੀ ਦਾ ਜੀ ਮੁੱਲ ਭਾਈ ਮੱਝ ਵੇਖਣੀ ਭਰਾਵਾਂ ਨੇ ਜੀ ਬਿਲਕੁਲ ਇਧਰ ਆਵਣ ਤੇ ਦੂਸਰਾ ਸੁਆ ਸੁਈ ਜਾ ਤੀਸਰਾ ਦੂਸਰਾ ਦੂਸਰਾ ਠੀਕ ਹੋ ਗਿਆ ਕਿੰਨੇ ਦਿਨ ਹੋ ਗਏ ਜੇ ਸੋਏ ਆ ਇਹਨੂੰ ਭਾਈ ਰਾਤਸਰ ਦੀ ਪੀ ਹੈ ਇਹ ਮੈਲੇ ਲੱਗੀ ਹੈ ਜੀ ਮੈਲੇ ਲੱਗੀ ਆ ਇਹ ਬੱਚਾ ਜੇ ਤਾਂ ਹੈ ਹੀ ਹੈ ਨਾ ਕੱਟਾ ਸੋ ਕੱਟੀ ਹੈ ਕੱਟਾ ਜੇ ਮਗਰ ਇਹਦੇ ਜੀ ਕੱਟਾ ਸੁਬਾ ਲਿਆ ਦੂਸਰਾ ਮੈਲੇ ਲੱਗੀ ਹੈ ਮੈਲੇ ਲੱਗੀ ਅੱਖਾਂ ਵੇਖਣੀਆਂ ਭਰਾਵਾਂ ਨੇ ਤਾਂ ਸਿੰਗੀ ਵੇਖਣੀ ਫੱਟੀ ਵਾਲੀ ਜੀ ਬਿਲਕੁਲ ਕਿੰਗਰੀ ਵਾਲੀ ਜਿਹੜਾ ਜਾਂ ਕਿੰਗਰੀ ਵਾਲੀ ਤੇ ਫੱਟੀ ਵਾਲੀ ਠੀਕ ਹੋ ਗਿਆ ਕਿੰਨਾ ਕੁ ਦੁੱਧ ਐਸਾ ਝੋਟੀ ਕੋੜਿਆ ਹੈ ਇਹਦੇ ਕੋਲ ਭਾਈ ਦੁੱਧ ਰੱਤ ਸੜਦੀ ਪਿਆ ਝੂਠ ਕੋ ਨਹੀਂ ਮਾਰਨਾ ਦੁੱਧ ਹੋਣਾ ਝੋਟੀ ਕੋਲ 14 ਕਿਲੋ ਇਸ ਟਾਈਮ ਜਿਹੜਾ ਠੀਕ ਹੋ ਗਿਆ ਨਾਲ ਸੜਦੀ ਦੁੱਧ ਮਾਈ ਕੋਲ ਚੋਖਾ ਵਾਲਾ ਲੇਕਿਨ
4 3 3 5000 ਜਿਸ ਭਰਾ ਨੂੰ ਪਸੰਦ ਆ ਮਾਝ ਜਿਹੜੀਆਂ 5-5 ਲੱਖ ਵਾਲੀਆਂ ਨੂੰ ਜੁੱਤੀਆਂ ਮਾਰ ਦਿਆਂ ਠੀਕ ਹੈ ਲੋ ਜੀ ਅੱਗੇ ਆ ਕੇ ਜੀ ਨੰਬਰ ਜਿਹੜੀ ਹੈ ਨਾ 4 ਮਾਸ਼ਾਅੱਲਾ ਪਰ ਦੂਜਣ ਹੈ ਨਾ ਦੂਜਣ ਹੈ ਤੇ ਭਾਈ ਹਾਈਟ ਜੀ ਬਿਲਕੁਲ ਜੀ ਬਿਲਕੁਲ ਤੇ ਇਹ ਝੋਟੀ ਹੈ ਜਿਹੜੀ ਉਹਨੇ ਆਖਿਆ ਪਹਿਲੇ ਜੀ ਪਾਣੀ ਪੀ ਲੈਂਦੀ ਬਿਲਕੁਲ ਬੁੱਥੀ ਬਰੀਕ ਜਿਹੜਾ ਬਿਲਕੁਲ ਬਰੀਕ ਮਾਸ਼ਾਅੱਲਾ ਅੱਖਾਂ ਦੋਵੇਂ ਇੱਕੋ ਜਿਹੀਆਂ ਜੀ ਉਹ ਭਰਾਵਾਂ ਨੇ ਵੇਖ ਲੈਣੀ ਹੈ ਹਾਈਟ ਵੇਖਣੀ ਝੋਟੀ ਦੀ ਪਸ਼ਮ ਜਿਹੜੀ ਹੈ ਲੋਹੇ ਰੰਗੀ ਤੁਨੀ ਕੁਆਲੀ ਜੀ ਬਿਲਕੁਲ ਸਰ ਥਣਲ ਬਾਦ ਵੇਖਣਾ ਝੋਟੀ ਦਾ ਮਾਸ਼ਾਅੱਲਾ ਕਦੇ 20 ਹੋਇਆ ਵੀ ਸੁਬਾ ਦੀ ਥਣਲ ਬਾਦ ਇੱਥੇ ਰੱਖੇ ਦੇ ਇੱਥੇ ਰੱਖੇ ਦੇ ਪਿਛਾ ਲੈ ਜਾਓ ਇੱਕ ਵਾਰੀ ਜਿਹੜਾ ਨਾ ਬੱਚਾ ਕਿਸ ਮਗਰ ਕੱਟੀ ਮਗਰ ਹੈ ਰਾਤ ਸੜਦੀ ਵੀ ਝੋਟੀ ਇਹ ਵੀ ਮੈਲੇ ਲੱਗੀ ਜੀ ਮੈਲੇ ਲੱਗੀ ਹੈ ਠੀਕ ਹੋ ਗਿਆ ਇਹ ਸੁਣਾ ਕੱਟੀ ਜਿਹੜੀ ਨਹੀਂ ਇਹ ਕੱਟ ਇਹ ਕੱਟੀ ਇਹ ਕੱਟੀ ਜਿਹੜੀ ਬੈਠੀ ਹੈ ਨਾਲ ਸਾਰੀ ਦਾ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਝੋਟੀ ਦੇ ਸਕਣੀ ਹੈ ਭਾਈ ਕਿਸੇ ਮੇਰੇ ਭਰਾ ਨੂੰ ਪਸੰਦ ਆਵੇ ਨਾ ਜੀ ਝੋਟੀ ਆਹੋ ਜੀ ਤੁਹਾਨੂੰ ਮੁੱਲ ਤਾਂ ਚੌਖਾ ਠੀਕ ਹੈ ਕੋਈ ਲੰਮਾ ਚੌੜਾ ਮੁੱਲ ਨਹੀਂ ਜੈ ਜੀ ਰੋਜ਼ੀ ਰੱਖ ਕੇ ਜੈ ਜੀ ਰੋਜ਼ੀ ਰੱਖ ਕੇ ਨਾ 3 ਲੱਖ 50 ਹਜ਼ਾਰ ਦਾ ਜ਼ਿੰਦਾਬਾਦ ਜੀ 3 ਲੱਖ ਦੁੱਧ ਝੋਟੀ 20 ਸੜੀ ਹੈ ਠੀਕ ਹੈ ਉਹ ਕੰਡ ਪੁੱਠਾ ਹਾਈਟ ਆਡੀ ਝੋਟੀ ਨੂੰ ਭਾਰ ਵੀ ਕੋਈ ਨਹੀਂ ਇਹਨੇ ਦੁੱਧ ਦਾ ਅੱਡੀ ਵੀ ਚੈੱਕ ਕਰਨੀ ਹੈ ਜੀ ਅੱਡੀ ਫਿਰ ਪੁੱਠਾ ਫਿਰ ਇਹ ਝੋਟੀਆਂ ਨੇ ਜਿਹੜੀਆਂ ਕਹਿੰਦੇ ਨੇ ਪਿਆਲੇ 'ਚ ਵੀ ਪਾਣੀ ਪੀ ਲੈਂਦੇ ਬਿਲਕੁਲ ਬਰੀਕ ਬਰੀਕ ਬੋਤੀ ਜਿਹੜਾ ਸਾਰੀ ਬਰੀਕ 3 ਲੱਖ 50 ਤੇ 5 55 ਹਜ਼ਾਰ ਦਾ ਜਿਸ ਭਰਾ ਨੂੰ ਪਸੰਦ ਆਏ ਲਿਆਓ ਜੀ ਅੱਗੇ ਖੋਲੋ ਨੰਬਰ ਜਿਹੜੀ ਹੈ ਨਾ ਜੀ 5 ਲੋ ਜੀ 4 ਜਿਹੜੀਆਂ ਨੇ ਮੁਕੰਮਲ ਹੋ ਗਈਆਂ ਨੇ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ ਨਾ 5 ਪਰ ਸੁਬਾ ਕੇ ਲਿਆ ਮਾਜ ਨੇ ਮਗਰ ਇਹਦੇ ਵੀ ਕੱਟੀ ਹੈ ਜੀ ਇੱਕ ਮਹੀਨੇ ਦੀ ਸੂਈ ਹੈ ਪਰ ਕਿੰਨਾ ਕੁ ਦੁੱਧ ਆਸ ਮਾਈ ਕੋਲ ਆ ਹੈ ਭਾਈ ਜਿਹੜਾ ਮੇਰੇ ਭਰਾ ਨੂੰ ਪਸੰਦ ਆ ਜੇ ਕੋਈ ਲੰਮਾ ਚੌੜਾ ਮੁੱਲ ਨਹੀਂ 3 ਲੱਖ 40 ਹਜ਼ਾਰ ਦੀ ਮਾਈ ਦੇਣੀ ਜ਼ਿੰਦਾਬਾਦ ਜੀ 3 ਲੱਖ 40 ਹਜ਼ਾਰ ਰੁਪਈਏ ਦੀ ਜਿਸ ਭਰਾ ਨੇ ਤੂੰ ਪਾਖੁਲ ਗਿਆ ਮੈਂ 20 ਪਲੱਸ ਦੁੱਧ ਨਾ ਕਰਿਆ ਤੇ ਮੈਂ ਮੇਰੇ ਕੋਲ ਬਣ ਜਾ ਉਨੀ ਇਸ ਟਾਈਮ ਹੀ ਆਇਆ ਇਸ ਟਾਈਮ ਨਹੀਂ 20 ਪਲੱਸ ਕਰਨ ਵਾਲੀ ਹੈ 3 ਹਜ਼ਾਰ ਦੀ ਥੱਲੀ ਹੈ 9 ਡੱਬਾ ਦੁੱਧ ਜਿੱਦਾਂ ਦਿਲ ਕਰਦਾ ਆ ਕੇ ਪੂਰਾ ਕਰ ਵੈਰੀ ਗੁੱਡ ਜੀ ਖਾਣ ਲਓ ਬਾਅਦ ਵੇਖ ਲੈਣਾ ਝੋਟੀ ਦਾ ਫਿਰ ਇਹਦੇ ਇੱਕ ਹੋਰ ਖਾਸੀਅਤ ਹੈ ਜੀ ਕੱਟੀ ਅੰਦਰ ਭੱਜੀ ਹੈ ਠੀਕ ਹੈ ਥਾਪੜਾ ਮਾਰ ਕੇ ਥੱਲੇ ਪੈ ਜਾਣਾ ਹਲਣ ਨੀ ਲੱਗੀ ਹੈ ਜੀ ਠੀਕ ਹੈ ਛੱਡ ਦੇ ਉਸ ਧਾਰ ਦੇਣੀ ਹੈ ਤੇ ਪਸਮ ਜੇ ਕੇ ਲੋ ਜੀ ਜਿਸ ਭਰਾ ਨੂੰ ਪਸੰਦ ਆਵੇ 3 ਲੱਖ 40 ਹਜ਼ਾਰ ਜੀ 3 ਲੱਖ 40 ਹਜ਼ਾਰ ਜਿਸ ਭਰਾ ਨੂੰ ਪਸੰਦ ਆਵੇ ਨਾ ਤੇ ਨੰਬਰ ਜਿਹੜੀ ਹੈ ਨਾ 5 ਠੀਕ ਹੈ ਅੱਗੇ ਲਿਆਓ ਜੀ ਨੰਬਰ ਜਿਹੜੀ ਹੈ ਨਾ 6 ਤੇ ਅੱਜ ਦੀ ਵੀਡੀਓ ਦੀ ਆਖਰੀ ਜਿਹੜੀ ਹੈ ਜੀ ਡਰੈਸ ਇੱਕ ਵਾਰੀ ਫਿਰ ਦੁਹਰਾ ਦਿੰਦਾ ਕਿ ਜ਼ਿਲ੍ਹਾ ਜਿਹੜਾ ਜੀ ਗੁਜਰਾਤ ਹੈ ਤਹਿਸੀਲ ਵੀ ਗੁਜਰਾਤ ਹੈ ਪਿੰਡ ਜਿਹੜਾ ਜੀ ਇਹਨਾਂ ਦਾ ਟੋਕਾ ਬਸ ਸਿਲਸਿਲਾ ਵਾਰੀ ਵੀਡੀਓ ਤੁਸੀਂ ਵੇਖਦੇ ਪਿਓ ਕਿ ਪਰ ਗੁਜਰ ਦੀ ਵੀਡੀਓ ਜਿਹੜੀ ਹੈ ਨਾ
ਇਹ ਅਪਲੋਡ ਹੁੰਦੇ ਵੀ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ ਨਾ 6 ਤੇ ਅੱਜ ਦੀ ਵੀਡੀਓ ਦੀ ਆਖਰੀ ਪਰ ਦੂਜਣ ਹੈ ਨਾ ਦੂਜਣ ਹੈ ਝੋਟੀ ਦਾ ਭਾਈ ਭਰਾਵਾਂ ਤੱਕਣੀ ਹੈ ਜੀ ਬਿਲਕੁਲ ਅੱਖਾਂ ਦੋਵੇਂ ਇੱਕੋ ਜਿਹੀਆਂ ਅੱਖਾਂ ਸਿੰਗੀ ਬੁੱਥੀ ਇਧਰ ਆਵਣ ਦੇ ਮਾਸ਼ਾਅੱਲਾ ਜਿਹੜਾ ਨਾ ਮਾਸ਼ਾਅੱਲਾ ਆ ਜਿਹੜੀ 4 ਨੰਬਰ ਤੇ 6 ਨੰਬਰ ਤੇ ਲੱਗਣ ਲੱਗੀ ਹੈ ਇਹਨਾਂ ਦਾ ਮੂੰਹ ਬੁੱਥੀਆਂ ਵੇਖਣੀ ਮਾਸ਼ਾਅੱਲਾ ਵੱਖਰੀ ਜੀ ਝੋਟੀ ਹੈ ਫਰਾਹ ਆ ਥੋੜਾ ਜਿਹਾ ਕੱਟੀ ਪਿੱਛੇ ਬੱਜੀ ਸੀ ਵੱਡੀ ਠੀਕ ਹੈ ਉਹਦਾ ਪਿਛਲਾ ਥਣ ਚੁੰਗ ਵੀ ਸੜਿਆ ਠੀਕ ਹੈ ਕੋਈ ਲਾਭ ਸ਼ਾਭ ਨਹੀਂ ਹੋਣ ਲਈ ਮਾਜ ਦੇ ਇਹਦੇ ਮਗਰ ਵੀ ਕੱਟੀ ਹੈ ਇਹ ਤਾਂ ਮਾਸ਼ਾਅੱਲਾ ਮਗਰ ਕੱਟੀਆਂ ਨੇ ਦੋ ਮਗਰ ਕੱਟੇ ਦੋ ਮਗਰ ਕੱਟੇ ਨੇ ਕਿੰਨੇ ਕੁ ਦਿਨਾਂ ਦੀ ਝੋਟੀ ਸੋਈ ਹੈ ਤੈਨੂੰ ਭਾਈ ਮਹੀਨਾ ਹੋ ਚਲਾ ਇੱਕ ਮਹੀਨਾ ਜਾ ਠੀਕ ਹੋ ਗਿਆ ਦੁੱਧ ਤੇ ਲੱਗੀ ਹੈ ਨਾ ਇਹ ਦੁੱਧ ਲੱਗੀ ਹੈ ਕਿੰਨਾ ਕੁ ਦੁੱਧ ਅਸਾਂ ਝੋਟੀ ਕੋਲੇ ਆਏ ਇਹਦੇ ਕੋਲ ਵੀ ਦੁੱਧ ਭਾਈ ਆਵਲਾ 18 ਸਿਰ ਇਹ 18 ਕਿਲੋ ਅਸੀਂ 17 ਸਿਰ ਦੀ 8.5 ਕਿਲੋ ਦੁੱਧ ਜਿੱਦਾਂ ਦਿਲ ਕਰਦਾ ਆ ਕੇ ਟਾਈਮ ਦਾ ਤਸੱਲੀ ਕਰਕੇ ਖੜੇ ਵੈਰੀ ਗੁੱਡ ਜੀ ਬਸਾ ਘਰ ਜਾ ਕੇ ਤਸੱਲੀ ਕਰੇ ਕੰਨ ਪੁੱਠਾ ਦੀ ਤਸੱਲੀ ਹੋਵੇਗੀ 17 ਕਿਲੋ ਦੀ ਜਾ 18 ਲੇਕਿਨ 17 ਕਿਲੋ ਦੀ ਜਿਹੜਾ ਨਾ ਇਹ ਤਸੱਲੀ ਦੇਣੀ ਹੈ ਕਿਸੇ ਵੀ ਭਰਾ ਨੂੰ ਪਸੰਦ ਆਵੇ ਨਾ ਆ ਕੇ ਆਪਣੀ ਚੋ ਕੇ ਤਸੱਲੀ ਕਰਕੇ ਫਿਰ ਲੈ ਕੇ ਜਾਏ ਬਾਕੀ ਲਿਬਾਸ ਦੀ ਲੰਬਾਈ ਤੇ ਚੌੜਾਈ ਜਿਹੜੀ ਹੈ ਨਾ ਇਹ ਭਰਾਵਾਂ ਨੇ ਹੱਥ ਤੱਕ ਲਾਣੀ ਭਰਾਵਾਂ ਸਾਹਮਣੇ ਆ ਗਈ ਝੋਟੀ ਜੀ ਬਿਲਕੁਲ ਫਿਰ ਅੱਲਾ ਪਾਕ ਜ਼ਿੰਦਗੀ ਦੱਸ ਉਹ ਅੱਲਾ ਰਾਤ ਚੋਖਾ ਜਿਹੜਾ ਭਰਾ ਲਾ ਜਨ ਆ ਚੀਜ਼ ਤੇ ਇਹਨੂੰ ਵੀ ਤਾਂ ਇਹਦੀ ਕੱਟੀ ਅੰਦਰ ਵੱਜੀ ਠੀਕ ਹੈ ਤਾਰ ਦੇਣਾ ਤੇ ਝੋਟੀ ਪਸਮ ਜੇ ਕੋਈ ਟੈਨਸ਼ਨ ਹੀ ਨਹੀਂ ਆ ਪਹਾੜਾ ਤੇ ਕੁਛ ਆਇਆ ਤਾਂ ਵੀ ਕੱਟੀ ਜਿੱਥੇ ਮਰਜ਼ੀ ਲਾ ਕੇ ਚੋਏ ਚ ਮਿਲੇ ਇਹ ਨਸਲਾਂ ਦਾ ਕੰਮ ਹੈ ਨਾ ਨਸਲਾਂ ਦਾ ਰਾਤ ਭਰਾਵਾਂ ਸਾਹਮਣੇ ਵੇਖੋ ਪੁੱਛੋ ਵੇਖੋ ਝੋਟੀ ਦਾ ਇਹ ਬਿਲਕੁਲ ਵੇਖੋ ਝੋਟੀ ਦਾ ਲਬਾਸ ਦਾ ਰੰਗ ਸੁਰਖ ਜਿਹੜਾ ਹੈ ਨਾ ਸੁਰਖ ਸੁਹਾ ਲਾਲ ਲਬਾਸ ਜਿਸ ਨੂੰ ਪਸੰਦ ਆਵੇ ਪਰ ਝੋਟੀ ਨੰਬਰ 6 ਦੇ ਅੱਜ ਦੀ ਵੀਡੀਓ ਦੀ ਆ ਭਾਈ ਝੋਟੀ ਭਰਾਵਾਂ ਨੇ ਵੇਖ ਲੈਣੀ ਹੈ ਜੀ ਬਿਲਕੁਲ ਲਾਲ ਵੇਖਣਾ ਲਬਾਸ ਦਾ ਆਕੂ ਲਾ ਕੇ ਪਿੱਛੇ ਦਾ ਕਿੰਨਾ ਹੈ ਗਾੜੀ ਵੀ ਪਿਛਲਾ ਥੋੜਾ 19-20 ਦਾ ਫਰਕ ਹੋ ਗਿਆ ਇਹ ਦੁੱਧ ਦੇ ਵਿੱਚ 19-20 ਦਾ ਯਾਰ ਮਸਲਾ ਹਾਲ ਦੇ ਤੌਰ ਤੇ ਪਿਛਲੇ ਚ 5 ਕਿਲੋ ਹੈ ਨਾ ਟੈਗਣਾ ਚ 4 ਕਿਲੋ ਇਹ ਇੰਨਾ ਜਿਹੜਾ ਨਾ ਗਾੜੀ ਵੀ ਇਹਦੇ ਚ ਗਾੜੀ ਤੇ ਵੀ ਦੁੱਧ ਹੈ 19-20 ਦਾ ਫਰਕ ਹੈ ਕਿੰਨੇ ਦੀ ਝੋਟੀ ਦੇ ਸਕਣ ਨਹੀਂ ਹੈ ਭਾਈ ਜਿਹੜਾ ਮੇਰੇ ਭਾਣ ਖਾਮ ਆ ਜਾ ਕੋਈ ਲੰਮਾ ਚੜਾ ਹੋਵੇ ਨਹੀਂ ਜੀ ਲੰਮਾ ਜਿਹੜਾ ਕੀਤਾ ਨਹੀਂ ਕਰਨਾ ਨਾ ਹੀ ਕਰਨਾ ਵੈਰੀ ਗੁੱਡ ਜਿਹੜਾ ਮੇਰਾ ਭਰਾ ਪਸੰਦ ਆਇਆ 3,95,000 ਜ਼ਿੰਦਾਬਾਦ ਜੀ ਤਿੰਨ ਘਰ ਗਿਆ ਛੱਡ ਦੇਣਾ 4 ਲੱਖ ਤੇ 4 ਲੱਖ ਜੋ ਵੀ 5,000 ਗਿਆ ਜਿਸ ਭਰਾ ਨੂੰ ਪਸੰਦ ਆਵੇ 3,95,000 ਦੀ ਝੋਟੀ ਜਿਹੜੀ ਹੈ ਨਾ ਇਹ ਦੇ ਸਕਣੀ ਹੈ ਨੰਬਰ ਜਿਹੜੀ ਹੈ ਨਾ 6 ਬਲਾਲ ਦੋਵੇਂ ਬੱਚੇ ਜਿਹੜੇ ਨੇ ਉਹ ਆ ਸਕਦੇ ਨੇ ਬਾਕੀ ਜਿਹੜੇ ਬੱਚੇ ਜਿਹੜੇ ਨੇ ਨਾ ਉਹਦਰ ਇੱਕ ਵਾਰੀ ਵਹਾ ਕੇ ਤੇ ਫੇਰ ਜਿਹੜਾ ਨਾ ਵੀਡੀਓ ਕਰਨੀ ਹੈ ਜੀ ਖਤਮ ਚੌਂ ਦੇ ਮਗਰ ਕਟੀਆਂ ਨੇ ਔਰ ਦੋਵੇਂ ਦੇ ਮਗਰ ਜਿਹੜਾ ਬੱਚੇ ਨੇ ਨਾ ਉਹ ਕੱਟੇ ਨੇ ਜੀ ਲੋ ਜੀ ਝੋਟੀਆਂ ਜਿਹੜੀਆਂ ਨੇ 6ਵੇਂ ਵਹਾ ਸੜੀਆਂ ਨੇ ਤੇ ਬੱਚਿਆਂ ਦੀ ਵੀ ਤਸੱਲੀ ਜਿਹੜੀ ਹੈ ਨਾ ਉਹ ਬਲਾਲ ਇੱਕ ਵਾਰੀ ਆ ਭਾਈ 19 ਕਿਲੋ ਵਾਲੀ ਮਾਈ ਦੀ ਕੱਟੀ ਹੈ ਠੀਕ ਹੈ ਮਾਸ਼ਾਅੱਲਾ ਠੀਕ ਹੈ ਆ ਜਿਹੜੀ ਮਾਈ ਲਾਈ ਆ ਜਿਹੜੀ ਹੈ ਜਿਹਦਾ 2.85 ਲਾਇਆ ਇਹਦੀ ਕੱਟੀ ਹੈ ਮਾਸ਼ਾਅੱਲਾ ਤੇ ਇਹ ਦਰਜੀ ਜਿਹੜੀ ਆ ਨਿਤ ਲਾਈ 6 ਨੰਬਰ ਦੀ ਕੱਟੀ ਠੀਕ ਹੋ ਗਿਆ ਜਿਹੜੀ ਦੋ ਮਹੀਨੇ ਸੋਈ ਆ ਦਾ ਉਹ ਕੱਟਾ ਬੱਜੇ ਉਧਰ ਵਹਾ ਸੜੋ ਜੀ ਕੱਟਾ ਵੇਖ ਲੈਣਾ ਭਰਾਵਾਂ ਨਾ ਤੇ ਜਨਵਰ ਮਾਈ 2 ਮਹੀਨੇ ਸੋਈ ਠੀਕ ਹੋ ਗਿਆ ਜੀ ਲੋ ਜੀ ਬਾਕੀ ਦੋ ਦਿਨ ਦੇ ਬਾਹਰ ਹੀ ਵਹਾ ਸੜਿਆ ਜੀ ਦੋ ਮੱਝਾਂ ਦੇ ਬਾਹਰ ਲੋ ਜੀ ਬਾਕੀ ਵੀਡੀਓ ਲੱਗਿਆ ਜੀ ਹਾਂ ਜੀ ਦੋ ਮੱਝਾਂ ਨੇ ਭਰਾਵਾਂ ਨੇ ਹੋਰ ਨਾ ਤਕਣੀਆਂ ਨੇ ਫਿਰ ਅੱਲਾ ਪਾਕ ਇਹਨਾਂ ਨੂੰ ਜ਼ਿੰਦਗੀ ਦੇਣਾ ਵੱਖਰੀਆਂ ਜੀਆਂ ਮੱਝਾਂ ਆਉਣਦੀਆਂ ਦੋਏ ਠੀਕ ਹੋ ਗਿਆ ਜੀ ਬੜੀਆਂ ਵੱਖਰੀਆਂ ਜੀਆਂ ਹੁੰਦੀਆਂ ਕੈਮਰਾ ਤੋਂ ਡਰੇ ਨਾ ਵੀ ਨਹੀਂ ਤੇ ਵੀ ਮਾਂ ਜਿਹੜਾ ਖਲੋ ਜਾਂਦੀ ਨੰਬਰ 3 ਤੇ ਨੰਬਰ 4 ਜਾ 3-4 ਤੇ ਨੇ ਨਾ ਦੋਵੇ 3-4 ਦੇ ਨੇ ਦੋਵੇ ਲੋ ਜੀ ਫਿਰ ਇੱਕ ਵਾਰੀ ਉਹ ਹਾਸੜੀਆਂ ਨੇ ਬਾਕੀ ਵੀਡੀਓ ਲੱਗਿਆ ਜੀ ਆ ਬਾਈ ਤੇ ਵੱਖਰੀ ਜੀ ਅੱਲਾ ਪਾਕ ਜ਼ਿੰਦਗੀ ਦਾ ਜਿਹੜਾ ਭਰਾ ਲਾ ਜਾਂਦਾ ਨਾ ਯਾਦ ਆ ਜੋੜਾ ਜਿਹੜਾ ਭਰਾ ਖੜੇ ਦਾ ਨਾ ਪਰਤ ਪਰਤ ਕੇ ਪਿਆ ਹੋਵੇ ਦਾ ਗਾਹਕ ਬਣ ਜਾਏਗਾ ਇਨਸ਼ਾਅੱਲਾ ਅੱਲਾ ਦੇ ਹੁਕਮ ਠੀਕ ਹੋ ਗਿਆ ਜੀ ਬਾਕੀ ਵੀਡੀਓ ਲੱਗਿਆ ਜੀ ਖਤਮ ਕਰਨ ਦਾ ਉਮੀਦ ਕਰਾਂਗਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਵੇਗੀ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਤੇ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ